ਅੰਮ੍ਰਿਤਸਰ ਦੀ ਸੰਦੀਪ ਸਿੰਘ ਬਾਜਵਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਵੱਡਾ ਫੈਸਲਾ ਸੁਣਾਉਂਦਿਆਂ ਇੱਕ ਇੰਸਪੈਕਟਰ ਸਣੇ 13 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਸਜ਼ਾ 2014 ਵਿੱਚ ਹੋਈ ਇੱਕ ਕੈਦੀ ਦੀ ਮੌਤ ਮਾਮਲੇ ਵਿੱਚ ਸੁਣਾਈ ਹੈ। ਉਕਤ ਕੈਦੀ ਦੀ ਪੁਲਿਸ ਵੱਲੋਂ ਉਸ 'ਤੇ ਕੀਤੇ ਅਣਮਨੁੱਖੀ ਤਸ਼ੱਦਦ ਕਾਰਨ ਮੌਤ ਹੋ ਗਈ ਸੀ ਅਤੇ ਬਾਅਦ ਵਿੱਚ ਪੁਲਿਸ ਨੇ ਉਸ ਦੀ ਲਾਸ਼ ਨੂੰ ਕੀਰਤਪੁਰ ਸਾਹਿਬ ਨਹਿਰ ਵਿੱਚ ਰੋੜ ਦਿੱਤਾ ਸੀ। ਇਸ ਮੌਕੇ 'ਤੇ ਪੁਲਿਸ ਅਧਿਕਾਰੀ, ਵਕੀਲ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ। ਇਹ 2014 ਦਾ ਮਾਮਲਾ ਸੀਗਾ। ਇਹ 'ਚ ਵਿਕਰਮਜੀਤ ਸਿੰਘ ਜਿਹੜਾ ਉਹਦੀ ਮਰਡਰ ਡੈਥ ਹੋਈ ਸੀ, ਉਹਦੇ ਸੰਬੰਧ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਮੁਕੱਦਮਾ ਦਰਜ ਹੋਇਆ ਸੀ। ਇੰਸਪੈਕਟਰ ਨਰੈਂਗ ਸਿੰਘ ਅਤੇ ਬਾਕੀ ਉਹਦੇ ਨਾਲ ਹੋਰ ਪੁਲਿਸ ਕਰਮਚਾਰੀ ਸੀਗੇ, ਦੋ ਪ੍ਰਾਈਵੇਟ ਵਿਅਕਤੀ ਸੀ। ਉਹ ਤੋਂ ਬਾਅਦ ਆਫਟਰ ਇਨਵੈਸਟੀਗੇਸ਼ਨ ਇਹਦਾ ਚਲਾਨ ਪੇਸ਼ ਹੋਇਆ। ਚਲਾਨ ਤੋਂ ਬਾਅਦ ਇਹਦਾ ਟ੍ਰਾਇਲ ਚੱਲਿਆ। ਟ੍ਰਾਇਲ 'ਚੋਂ ਅੱਜ ਜਿਹੜੀ ਆ, 4 ਦਿਨ ਪਹਿਲਾਂ ਇਹਨਾਂ ਨੂੰ ਦੋਸ਼ੀ ਜਿਹੜਾ ਸੀ ਕੋਰਟ ਨੇ ਬਣਾਤਾ ਸੀ, ਐਲਾਨ ਕਰਤਾ ਸੀ ਦੋਸ਼ੀ। ਅੱਜ ਇਹਨਾਂ ਨੂੰ ਜਿਹੜੀ ਆ ਕੁਆਂਟਨ ਆਫ ਪਨਿਸ਼ਮੈਂਟ ਜਿਹੜੀ ਸੁਣਾਉਣੀ ਸੀ, ਅੱਜ ਇਹਨਾਂ ਦੀ ਪਨਿਸ਼ਮੈਂਟ ਜਿਹੜੀ ਆ ਉਮਰ ਕੈਦ ਦੀ ਸਜ਼ਾ ਇਹਨਾਂ ਨੂੰ ਸੁਣਾਈ ਸਾਰਿਆਂ ਨੂੰ। ਇਹਦੇ ਵਿੱਚ ਟੋਟਲ 13 ਦੋਸ਼ੀ ਜਿਹੜੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਹਦੇ ਵਿੱਚ 11 ਪੁਲਿਸ ਕਰਮਚਾਰੀ ਸੀਗੇ ਅਤੇ 2 ਦੂਸਰੇ ਵਿਅਕਤੀ ਸੀ। ਹਾਂ, ਇੱਕ ASI ਕੁਲਦੀਪ ਸਿੰਘ ਜਿਹੜਾ PO ਚੱਲ ਰਿਹਾ ਅਜੇ ਤੱਕ ਉਹਦੀ ਅਰੈਸਟ ਨਹੀਂ ਹੋਈ, ਉਹਦੀ ਵੀ ਛੇਤੀ ਅਰੈਸਟ ਹੋ ਗਏ ਤਾਂ ਉਹ ਟ੍ਰਾਇਲ ਹੋ ਜਾਏਗਾ। ਦੇਖੋ ਜੀ, ਨਰੰਗ ਸਿੰਘ ਵਾਲੇ ਕੇਸ 'ਚ ਸ਼੍ਰੀ SS ਬਾਜਵਾ ਅਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਅੰਮ੍ਰਿਤਸਰ ਨੇ ਨਰੰਗ ਸਿੰਘ ਐਂਡ ਪਾਰਟੀ ਨੂੰ 13 ਦੋਸ਼ੀਆਂ ਨੂੰ ਫਰਾਈਡੇ ਨੂੰ ਹੀ ਸੈਕਸ਼ਨ 302, 364, 342, 201 ਐਂਡ 120 BIPC ਦੇ ਵਿੱਚ ਗਿਲਟੀ ਹੈਲਡ ਕਰ ਦਿੱਤਾ ਸੀ। ਅੱਜ ਉਸ ਕੇਸ ਦੀ ਕੁਆਂਟਮ 'ਤੇ ਜੱਜ ਸਾਹਿਬ ਨੇ ਫੈਸਲਾ ਦੇਣਾ ਸੀ ਐਂਡ ਅੱਜ ਉਸ ਕੇਸ ਦੇ ਵਿੱਚ ਸਾਰੇ ਦੇ ਸਾਰੇ ਦੋਸ਼ੀ 13 ਦੋਸ਼ੀਆਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਜੱਜ ਸਾਹਿਬ ਵੱਲੋਂ ਸੈਕਸ਼ਨ 302 ਰੈਡੀ ਸੈਕਸ਼ਨ 120 ਸੁਣਾਈ ਗਈ ਹੈ ਅਤੇ ਸੈਕਸ਼ਨ 364 IPC 7 ਸਾਲ ਸਜ਼ਾ ਸੁਣਾਈ ਗਈ ਹੈ। ਸੈਕਸ਼ਨ 201 ਦੇ ਵਿੱਚ 10 ਸਾਲ ਸਜ਼ਾ ਅਤੇ ਸੈਕਸ਼ਨ 342 ਦੇ ਵਿੱਚ 1 ਸਾਲ ਸਜ਼ਾ। ਮੇਰਾ ਬ੍ਰਦਰ ਸੀਗਾ ਇੱਥੇ, ਉਹਦੇ ਵਿਕਰਮਜੀਤ ਸਿੰਘ ਕੈਦੀ ਦੇ ਇੱਥੇ ਸੀਗਾ, ਗੁਰੂ ਨਾਨਕ ਹੋਸਪਿਟਲ ਐਡਮਿਟ ਸੀਗਾ ਅਤੇ 2 ਜਣਿਆਂ ਦੀ ਡਿਊਟੀ ਪਹਿਲਾਂ ਲੱਗੀ ਹੋਈ ਸੀ ਅਤੇ ਮੇਰੇ ਬ੍ਰਦਰ ਨੂੰ ਕਿਹਾ ਉਹਨਾਂ ਨੇ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਇੱਥੇ ਬੰਦੇ ਘੱਟ ਨੇ ਅਤੇ ਇੱਕ ਬੰਦਾ ਹੋਰ ਗਾਰਡ ਵਾਸਤੇ ਭੇਜਿਆ ਜਾਏ ਅਤੇ ਮੇਰੇ ਬ੍ਰਦਰ ਨੂੰ 4 ਤਰੀਕ ਨੂੰ ਉੱਥੋਂ ਰਿਲੀਵ ਕਰਕੇ ਸ਼ਾਮ ਨੂੰ ਭੇਜਿਆ। ਸਿਰਫ 1 ਘੰਟੇ ਦੀ ਮੇਰੇ ਬ੍ਰਦਰ ਨੇ ਡਿਊਟੀ ਦਿੱਤੀ ਗਈ। ਕੀ ਨਾਮ ਹੈ ਜੀ ਤੁਹਾਡੇ ਬ੍ਰਦਰ ਦਾ? ਮੇਰੇ ਬ੍ਰਦਰ ਦਾ ਨਾਮ ਰਣਧੀਰ ਸਿੰਘ ਆ। ਗੌਰ ਜੋ ਵੀ FRI ਲਿਖੀ ਸੀ ਪਹਿਲੇ ਪੇਜ ਤੇ, ਉਹ ਕਿਸੇ ਨੇ ਕੋਈ ਗੌਰ ਹੀ ਨਹੀਂ ਕੀਤਾ ਇਹਨਾਂ ਨੇ, ਜੱਜ ਸਾਹਿਬ ਨੇ। ਕੀ ਮੰਗ ਕਰਦੇ ਜੀ? ਹਾਂਜੀ, ਅਸੀਂ ਮੰਗ ਸਾਨੂੰ ਇਨਸਾਫ ਚਾਹੀਦਾ ਸਾਡੇ। ਵੇਖੋ ਵੀ ਆਪਾਂ, ਸਾਡੇ ਨਾਲ ਬਹੁਤ ਨਜਾਇਜ਼ ਹੋਇਆ ਵਾ, ਹੁਣ ਜਿਹੜੇ ਉਹਦੇ ਤੇ ਜਿੰਨੇ ਇੰਨੇ ਜੀ ਡਿਪੈਂਡ ਕਰਦੇ ਨੇ, ਘਰ ਦੇ ਕਿੰਨੇ ਜੀ ਡਿਪੈਂਡ ਕਰਦੇ, ਉਹੀ ਇੱਕ ਕਮਾਉਣ ਵਾਲਾ ਅਤੇ ਕਿੰਨੇ ਜੀ ਖਾਣ ਵਾਲੇ ਨੇ, 6-7 ਜੀ ਉਹਦੇ ਆਸਰੇ ਖਾਣ ਵਾਲੇ ਨੇ ਅਤੇ ਸਾਡਾ ਹੁਣ ਕੋਈ ਇਨਕਮ ਦਾ ਕੋਈ ਸੋਰਸ ਨਹੀਂ ਹੈਗਾ। ਰਣਧੀਰ ਸਿੰਘ, ਬਸ ਸਾਡੀ ਸੇਮ ਹੀ ਉਹਨੂੰ ਉਹੀ ਕਹਾਣੀ ਹੈ ਸਾਡੀ, ਉਹੀ ਸਿਸਟਰ ਹੈ ਸਾਡੀ, ਸਿਸਟਰ ਇਨ ਲਾਅ। ਅਸੀਂ ਡਿਮਾਂਡ ਤੁਹਾਨੂੰ 5 ਸਾਲ ਜੀ, 5 ਸਾਲ ਘਰ ਅਸੀਂ, ਮੈਂ ਆਪਣੇ ਪੇਕੇ ਘਰ ਰਹਿ ਰਹੀ ਹਾਂ ਜੀ 5 ਸਾਲ ਤੋਂ। ਇਹ ਆ ਮੇਰਾ ਬੇਟਾ ਇੱਕ ਨਾਲ। ਨਹੀਂ ਜੀ, ਬੇਵਜ੍ਹਾ ਜੀ, ਬੇਵਜ੍ਹਾ ਜੀ। ਜੱਜ ਨੂੰ ਦੇਖਣਾ ਚਾਹੀਦਾ ਨਾ ਕੀ ਕਿਹਦਾ ਕੀ ਕਸੂਰ ਆ, ਕਿਹਦਾ ਕੀ ਆ, ਕੀ ਮੰਗ ਕਰਦੇ ਨੇ, ਇਨਸਾਫ ਚਾਹੀਦਾ ਸਾਨੂੰ। ਹਾਂਜੀ, ਮੇਰਾ ਨਾਮ ਰਘਵਿੰਦਰ ਸਿੰਘ, ਸਰਦਾਰ ਰਣਧੀਰ ਸਿੰਘ। ਕਹਿਣਾ ਇਹ ਚਾਹਾਂਗੇ ਗਲਤ ਹੋਇਆ ਜੋ ਕੁਛ ਵੀ ਆ, ਇਨਸਾਫ ਚਾਹੀਦਾ ਸੀ ਕਿ ਉਹਨਾਂ ਨੇ ਤਾਂ ਡਿਊਟੀ ਵੀ ਇੱਕ ਦਿਨ ਮਤਲਬ 1 ਘੰਟਾ ਉਹਦੀ ਸ਼ਕਲ ਵੀ ਨਹੀਂ ਦੇਖੀ, ਜਿਹੜਾ ਬੰਦਾ ਐਡਮਿਟ ਸੀ ਉੱਥੇ ਹੋਸਪਿਟਲ, ਉਹਦੀ ਤਾਂ ਸ਼ਕਲ ਵੀ ਨਹੀਂ ਵੇਖੀ, 1 ਘੰਟਾ ਡਿਊਟੀ ਕੀਤੀ ਉਹਦੇ ਨਾਲ, ਤਾਂ ਅਗਲੇ ਦਿਨ ਘਰੇ ਕਿੱਦਾਂ ਵੀ। ਇਨਸਾਫ ਦੀ ਮੰਗ ਚਾਹੀਦੀ, ਇਨਸਾਫ ਚਾਹੀਦਾ। ਸਾਡਾ ਕੋਈ ਕਸੂਰ ਨਹੀਂ, ਖਿਡਾਰੀ ਨੇ ਸਾਨੂੰ ਮਾਰ ਕੇ ਬਸ, ਹੋਰ ਕੁਛ ਨਹੀਂ ਹੋਊਗਾ। ਨਰੰਗ ਸਿੰਘ ਜੀ, ਤੁਸੀਂ ਸੇਵਾ ਕੀਤੀ, ਤੁਸੀਂ ਖਿਡਾਰੀ ਨੇ ਕਿਵੇਂ ਕਿਹਾ? ਮੈਂ ਨਹੀਂ, ਅਸੀਂ ਜੇਲ੍ਹ 'ਚ ਬੈਠੇ ਹਾਂ, ਉਹ ਖਿਡਾਰੀ ਨੇ ਸਾਨੂੰ ਠੋਕੇ, ਬਸ ਹੋਰ ਕੋਈ ਗੱਲ ਨਹੀਂ। ਸਮਗਲਰ ਉਹ ਨੇ, ਕਾਤਲ ਉਹ ਨੇ, 10 ਕਤਲ ਉਹਨਾਂ ਨੇ ਕੀਤੇ ਆ, ਸੋ ਸਾਨੂੰ ਕਾਤਲ ਦੱਸੀ ਜਾਂਦੇ ਆ, ਅਸੀਂ ਕੁਛ ਕੀਤਾ ਹੀ ਨਹੀਂ, ਸਾਨੂੰ ਆਪਾਂ ਧਰਨੇ ਧੁਰਨੇ ਲਾ ਕੇ ਸਾਨੂੰ ਠੋਕ ਗਿਆ। ਤੁਸੀਂ ਸਭ ਕੁਝ ਦੇਖਿਆ, ਸਾਡਾ ਕੋਈ ਕਸੂਰ ਨਹੀਂ ਵੀਰ, ਸੱਚ ਬੋਲਦੇ ਹਾਂ, ਇਹ 'ਚ ਕੋਈ ਸ਼ੱਕ ਨਹੀਂ। ਰਾਮ ਜੀ, ਵਿਕਰਮ ਦੀ ਕਿਡਨੈਪਿੰਗ ਦਾ ਤੁਹਾਡੇ ਤੇ ਚਾਰਜ ਲੱਗਾ ਸੀ, ਕਿਉਂ ਕਿਡਨੈਪਿੰਗ ਜਿਹੜੀ ਇਹ ਪੁਲਿਸ ਦੇ ਆਪਣੇ ਸਾਨੂੰ ਠੋਕਿਆ?
ਸਾਨੂੰ ਬਲੀ ਦੇ ਬੱਕਰੇ ਬਣਾਇਆ ਸੀਨੀਅਰ ਅਧਿਕਾਰੀਆਂ ਨੇ ਬੱਕਰੇ ਬਣਾਏ ਲੜਾਂਗੇ ਜੋ ਕਰਨਾ ਯਾਰ ਥੱਲੇ ਕਰੋ।